प्यारे विद्यार्थी YouTube चैनल Learn with Harwinder Saravich आप सरेंदा बहुत-बहुत स्वागत है और इस वीडियो विच जसी करांगे पंजाबी जमात 10वीं पंजाबी ए दा नमूने दा प्रश्न पत्र जो की टौडे बाई मंथली परीक्षा होनी है नवंबर दिसंबर विच assi us da sample paper करांगे प्यारे विद्यार्थी इस तरह दे और वीडियोस समय से प्राप्त करने लिए सब्सक्राइब करो YouTube चैनल Learn with Harwinder Sarav शुरू करदे हां सब तो पहला assi करांगे वस्तुनिष्ठ प्रश्न कि वे खांदे ती इदा कीना सी जवतरा साहिबा ਅਗਲਾ ਪ੍ਰਸ਼ਨ ਹੈ ਬਾਬਾ ਰਾਮ ਸਿੰਘ ਕੁੱਕਾ ਲੇਖ ਕਿਸ ਦੀ ਰਚਨਾ ਹੈ ਜ਼ਵਤਰ ਹੈ ਸਰਦਾਰ ਕਪੂਰ ਸਿੰਘ ਖੱਦਰਪੋਸ਼ ਬੀਬੀ ਕੌਣ ਸੀ ਸ਼ਰਨ ਕੌਰ ਔਰੰਗਜ਼ੇਬ ਨੂੰ ਜ਼ਫਰਨਾਮਾ ਕਿਸ ਨੇ ਲਿਖਿਆ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਤੇ ਦੇ ਵਾਲ ਕਿਸ ਨੇ ਕਟਵਾ ਦਿੱਤੇ ਸਨ ਮਾਮੇ ਨੇ ਤੇ ਇਸ ਤੋਂ ਬਾਅਦ ਹੈ ਪ੍ਰਸੰਗ ਸਹਿਤ ਵਿਆਖਿਆ ਦੋ ਵਿੱਚੋਂ ਕੋਈ ਵੀ ਇੱਕ ਕਰਨੀ ਹੈ ਤੇ ਤੁਸੀਂ ਉਹ ਕਰ ਸਕਦੇ ਹੋ ਇੱਕ ਅੰਕ ਦਾ ਪ੍ਰਸੰਗ ਹੈ ਤੇ ਦੋ ਅੰਕਾਂ ਦੀ ਹੈ ਵਿਆਖਿਆ ਤੇ ਉਸ ਤੋਂ ਬਾਅਦ ਆ ਚਾਰ ਵਿੱਚੋਂ ਦੋ ਪ੍ਰਸ਼ਨਾਂ ਦੇ ਉੱਤਰ ਦਿਓ ਕਿਹੜੀ ਜਨਤਹਿਬੰਦੀ ਨਾਮਦਾਰੀਆਂ ਕੂਕੀਆਂ ਦੀ ਜਮਾਤ ਅਖਵਾਈ ਅਤੇ ਇਸ ਦਾ ਪਸਾਰ ਕਿਵੇਂ ਹੋਇਆ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਜਿ ਗੈਸੂਆਂ ਅਬਿਆਸੀਆਂ ਦੀ ਜੱਥੇਬੰਦੀ ਸਮਾਪਾ ਕੇ ਨਾਮਦਾਰੀਆਂ ਕੂਕੀਆਂ ਦੀ ਜਮਾਤ ਅਖਵਾਈ ਜਦੋਂ ਇਸ ਦੇ ਉਪਦੇਸ਼ਾਂ ਦਾ ਪਸਾਰ ਦੇਸ਼ ਵਿੱਚ ਵੱਧ ਗਿਆ ਤਾਂ ਸ਼ਰਧਾਲੂ ਆਪਣੇ ਦਸਵੰਧ ਦੀ ਕਮਾਈ ਬਾਬਾ ਰਾਮ ਸਿੰਘ ਜੀ ਕੋਲ ਭੇਣੀ ਭੇਜਣ ਲੱਗੇ ਉਹ ਸਾਰੀ ਆਮਦਨ ਸਾਜੇ ਲੰਗਰ ਵਿੱਚ ਗਈ ਜਿਸ ਵਿੱਚੋਂ ਸੰਗਤਾਂ ਲੰਗਰ ਚੱਕਦੀਆਂ ਸਨ ਥੋੜੇ ਸਮਾਂ ਵਿੱਚ ਨਾਮਧਾਰੀ ਜੱਥੇਬੰਦੀ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਫੈਲ ਗਈ। ਅਗਲਾ ਪ੍ਰਸ਼ਨ ਹੈ ਕਾਲੀਦਾਸ ਕੌਣ ਸੀ ਉਸ ਨੂੰ ਇੰਨੀ ਪ੍ਰਸਿੱਧੀ ਕਿਉਂ ਮਿਲੀ ਤੇ ਇਸਦਾ ਉੱਤਰ ਹੈ ਕਾਲੀਦਾਸ ਭਾਰਤ ਦੇ ਇੱਕ ਮਹਾਨ ਕਵੀ ਸੀ ਜਿਹੜਾ ਪਹਿਲੀ ਈਸਵੀ ਤੋਂ 56 ਬਰੇ ਪਹਿਲਾਂ ਰਾਜਾ ਵਿਕਰਮਾਜੀਤ ਦੇ ਨੌ ਦਰਬਾਰੀ ਰਤਨਾਂ ਵਿੱਚੋਂ ਇੱਕ ਸੀ ਉਸ ਨੂੰ ਆਪਣੀਆਂ ਕਾਵ ਰਚਨਾਵਾਂ ਤੇ ਨਾਟਕਾਕਾਰਨ ਪ੍ਰਸਿੱਧੀ ਮਿਲੀ। ਅਗਲਾ ਪ੍ਰਸ਼ਨ ਹੈ ਬੰਬ ਹਾਦਸੇ ਨੇ ਪਿਆਰਾ ਦੇ ਸੰਗਤ ਤੋੜ ਕੇ ਕੀ ਤਬਾਈ ਕੀਤੀ ਤੇ ਇਸਦਾ ਉੱਤਰ ਹੈ ਬੰਬਾਦ ਨੇ ਮਹੌਤ ਮਾਤਾਦੀਨ ਨੂੰ ਪੈਰਾਵੈਟ ਸੁੱਟ ਲਿਆ ਅਤੇ ਸੱਜਾ ਪੈਰ ਉਸ ਦੀ ਛਾਤੀ ਤੇ ਰੱਖ ਕੇ ਉਸ ਨੂੰ ਮਸਲ ਦਿੱਤਾ ਉਸ ਦੇ ਘਰ ਜਾ ਕੇ ਉਸ ਆ ਬਾਗ ਬਗੀਚਾ ਤਹਿਸ ਨਹਿਸ ਕਰ ਦਿੱਤਾ ਮਾਤਾਦੀਨ ਦੇ ਬਾਲ ਬੱਚੇ ਕਰ ਖਾਲੀ ਕਰਕੇ ਨਟਕੇ ਅਤੇ ਬੰਬ ਨੇ ਉਸ ਦੀ ਕੋਠਣੀ ਨੂੰ ਤਾ ਦਿੱਤਾ ਅਗਲਾ ਪ੍ਰਸ਼ਨ ਹੈ ਵੀਰਾਵਲੀ ਦੀ ਮੌਤ ਦਾ ਕੀ ਕਾਰਨ ਸੀ ਤੇ ਇਸ ਦਾ ਉੱਤਰ ਹੈ ਆਪਣੇ ਪਤੀ ਦੀ ਜਿੱਦ ਕਾਰਨ ਵੀਰਾਵਲੀ ਲਾਜ ਨੂੰ ਗਲੇ ਵਿੱਚ ਖੇੜਦਾ ਛੱਡ ਕੇ ਉਸ ਨਾਲ ਚਲੀ ਗਈ ਸੀ ਉਸ ਦੇ ਪ੍ਰਾਣ ਨੇ ਆਪਣੀ ਬੱਚੀ ਉਸ ਕੋਲ ਮਾਨਤ ਕੀਤੀ ਸੀ ਉਹ ਆਪਣੀ ਪਤੀ ਜੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਨਹੀਂ ਨਿਭਾ ਸਕੀ ਸੀ ਇਸ ਸਦ ਮੇਨਾਲ ਉਸਦੀ ਮੌਤ ਹੋ ਗਈ ਤੇ ਇਸ ਤੋਂ ਬਾਅਦ ਅਨਸਾਰ ਮਹਾਕਵੀ ਕਾਲੀਦਾਸ ਜਾਂ ਬੰਬਹਾਦਰ ਕਿਸੇ ਇੱਕ ਦਾ ਤੁਸੀਂ ਸਾਰ ਲਿਖਣਾ ਹੈ ਪਾਤਰ ਚਿੱਤਰਣ ਔਰੰਗਜ਼ੇਬ ਜਾਂ ਦਿਆਲਾ ਤੇ ਅੰਤ ਵਿੱਚਨ वार्तालाप ਅਧਾਰਿਤ ਪ੍ਰਸ਼ਨ ਨਹੀਂ ਤੁਪੂ ਲਿਖੇ ਵਿੱਚ ਹੈ ਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ਼ੀਆਂ ਨਹੀਂ ਹਾਂ ਪੱਕੀਆਂ ਹੁੰਦੀਆਂ ਹਨ ਸਿੱਖ ਮਰਾਠੇ ਰਾਜਪੂਤ ਸੰਤ ਸਾਧੂ ਸ਼ੀਆ ਸੁਫੀ ਕੁਲ ਹਿੰਦੂ ਜਾਤੀ ਤੇਰੀ ਹਕੂਮਤ ਤੋਂ ਦੁਖੀ ਹੈ ਇਹ ਬਾ ਕਿਸ ਨੇ ਕਿਸ ਨੂੰ ਕਹੀ ਤੇ ਆਵਾਜ਼ ਨੇ ਔਰੰਗਜ਼ੇਬ ਨੂੰ ਕਿੰਨਾਂ ਨੇ ਲੋਕਾਂ ਦਾ ਦਿਲ ਜਿੱਤ ਕੇ ਰਾਜ ਕੀਤਾ ਸੀ ਅਸ਼ੋਕ ਅਤੇ ਅਕਬਰ ਨੇ